ਨੂੰ ਵੀ ਬਣ ਲਿਆ। ਉਹ ਪਤਾ ਨਹੀਂ ਕਿਲੇ ਵਿੱਚ ਕੋਈ ਖਸਤਾ ਹਾਲਤ ਦਾ ਪੁਰਾਣੀ ਹਾਲਤ ਦਾ ਰੱਸਾ ਪਿਆ ਸੀ ਕਦੋਂ ਦਾ, ਇਹਨੇ ਲੱਕ ਨੂੰ ਬੰਨ ਲਿਆ। ਜਦੋਂ ਤੱਕ ਤਾਂ ਇਹਨੇ ਪਰਦੇ ਵੇਖੇ ਹੱਥ 'ਚ ਫੜੇ ਰੱਖੇ ਨਾ, ਰੱਸੇ ਨੇ ਸਾਥ ਦਿੱਤਾ। ਜਦੋਂ ਇਹਨੇ ਪਰਦੇ ਛੱਡੇ, ਭਲਾ ਇੰਨਾ ਵਜ਼ਨ ਤੇ ਰੱਸਾ ਫਿਰ ਕੀ ਕਰ ਸਕਦਾ ਸੀ, ਉੱਥੇ ਮੋਛਾ ਪੈ ਗਿਆ। ਜਿਵੇਂ ਕਿਤੇ ਸਿਖਰੋਂ ਆਇਆ ਖੂਹ ਦੇ ਵਿੱਚੋਂ ਚਰਸ ਪਾਉਣੀ ਦੇ ਲਾਗੇ ਲਾ ਜਾਏ ਟੁੱਟ, ਤੇ ਫਿਰ ਜਿਸ ਹਿਸਾਬ ਨਾਲ ਥੱਲੇ ਡਿੱਗਦਾ ਏਡਾ ਵੱਡਾ ਚਰਸ ਦਾ ਚਰਸ ਟੈਂਕ ਦਾ ਡੰਗ ਡਿੱਗਿਆ ਪਿਛਲੇ ਬੰਨੇ ਜਾ ਕੇ। ਖਰਖਾਰ ਸੁਣੋ, ਕਿਲੇ ਦੇ ਅੰਦਰ ਕਿਲੇ ਦੀ ਕੰਧ ਹਿੱਲ ਗਈ, ਯਾ ਕੀ ਹੋਇਆ? ਅਗੇ ਗੁਰੂ ਕਾ ਹਾਥੀ ਜਿਹੜਾ ਸੀ ਭੱਜ ਗਿਆ, ਉਹ ਡਿੱਗਿਆ ਜਾ ਕੇ, ਲੱਤਾਂ ਬਾਂਹ ਟੁੱਟ ਗਈਆਂ, ਚੂੜਾ ਹੋ ਗਈਆਂ, ਇਹਦੇ ਸਾਥੀਆਂ ਚੁੱਕੇ ਨੂੰ ਪਿੰਡ ਪਹੁੰਚਾ ਦਿੱਤਾ, ਇਹ ਸੱਪ ਲੜਕੇ ਮਰ ਗਿਆ ਘਰ ਜਾ ਕੇ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਜੋਂ, ਇਨਸਾਨੀ ਜ਼ਿੰਦਗੀ 'ਚ ਨਾ ਮਰ ਸਕਿਆ ਢੰਗ ਨਾਲ, ਔਰ ਬੁਰੀ ਤਰ੍ਹਾਂ ਮਰਿਆ ਜਾ ਕੇ। ਆਖਰ ਜਿਸ ਵੇਲੇ ਦੁਨੀ ਚੰਦ ਭੱਜ ਗਿਆ, ਸਿੱਖਾਂ ਨੇ ਕਿਹਾ ਸਤਿਗੁਰੂ ਤੁਹਾਡਾ ਸ਼ੇਰ ਜਿਹੜਾ ਸੀ ਭੱਜ ਗਿਆ ਹਾਥੀ, ਹੁਣ ਦੱਸੋ ਕੀ ਕਰਦੇ ਹੋ? ਸਾਧ ਮੁਸਕਰਾ ਕੇ ਕਹਿਣ ਲੱਗੇ, ਖਾਲਸਾ ਜੀ ਫਿਕਰ ਦੀ ਕੋਈ ਗੱਲ ਨਹੀਂ, ਇੱਕ ਇੱਕ ਜਹਾਨ ਮਰਦਾਂ ਦੀ ਤਰ੍ਹਾਂ ਲੜ ਸਕਦਾ ਸਵਾ ਸਵਾ ਲੱਖ ਨਾਲ, ਹਾਥੀ ਕੀ ਚੀਜ਼ ਹੈ? ਨੁੱਕਰ ਤੇ ਕਿਲੇ ਦੀ ਕੰਧ ਨਾਲ ਇੱਕ ਮਦਰੇ ਜਿਹਾ ਕੱਦ ਦਾ ਸਿੱਖ ਬੈਠਾ ਆਇਆ ਸੀ, ਹਜ਼ੂਰ ਦੀ ਨਜ਼ਰ ਉਹਦੇ ਤੇ ਗਈ। ਕਲਗੀਧਰ ਨੇ ਨੇਤਰਾਂ 'ਚ ਨੇਤਰ ਮਿਲਾ ਕੇ ਆਖਿਆ, ਬੇਟਾ ਬਚਿੱਤਰ ਸਿੰਘ। ਬਸ ਬਚਿੱਤਰ ਸਿੰਘ ਕਹਿਣ ਦੀ ਦੇਰ ਸੀ, ਇਹ ਇਉਂ ਉੱਠ ਕੇ ਆਇਆ ਜਿਵੇਂ ਪੂਤਲੀ ਨਾਚ ਕਰਦੀ ਆਉਂਦੀ। ਇਹ ਮੰਚਲਾ ਸਿੰਘ ਬਿਜਲੀ ਵਰਗਾ ਫਤੀਲਾ, ਇਹਦੀਆਂ ਕੁੜੀਆਂ ਮੁੱਛਾਂ, ਲੇਕਿਨ ਕੱਦ ਮਦਰਾ ਸੀ। ਇਹਨੇ ਆ ਕੇ ਨਮਸਕਾਰ ਕਰਤੀ ਕਲਗੀਧਰ ਨੂੰ, ਆਖਿਆ ਕੀ ਹੁਕਮ ਹੈ ਹਜ਼ੂਰ ਆਪਦੇ ਖਾਦਮ ਲਈ? ਬਚਿੱਤਰ ਸਿੰਘ, ਬੇਟਾ ਹਾਥੀ ਨਾਲ ਲੜਨ ਲਈ ਤਿਆਰ ਹੋ ਜਾ, ਮੇਰੀ ਡਿਊਟੀ ਲਾਉਂਦੇ ਹੋ ਪ੍ਰਭੂ? ਹਾਂ ਤੇਰੀ, ਮੈਂ ਲੜਨਾ ਹੈ ਹਜ਼ੂਰ ਹਾਥੀ ਨਾਲ। ਬਚਿੱਤਰ ਸਿੰਘ, ਤੂੰ ਲੜਨਾ ਬੇਟਾ? ਨਹੀਂ ਮੇਰੇ ਮਾਲਕ, ਮੈਂ ਨਹੀਂ ਲੜਨਾ ਹਾਥੀ ਨਾਲ। ਬਚਿੱਤਰ ਸਿੰਘ, ਕੌਣ ਲੜੇਗਾ? ਮੇਰੇ ਸਤਿਗੁਰੂ ਕਲਗੀ ਵਾਲੇ, ਦਾਸ ਨੇ ਤੇ ਹੁਕਮ ਦੀ ਤਾਮੀਲ ਕਰਨੀ ਹੈ ਪ੍ਰਭੂ। ਮੈਦਾਨ ਵਿੱਚ ਸ਼ਕਤੀ ਤੁਹਾਡੇ ਹੋਵੇਗੀ, ਤੁਹਾਡੀ ਤੇ ਲੜਾਈ ਤੁਸੀਂ ਲੜਨੀ। ਮੈਂ ਤੇ ਹੁਕਮ ਮੰਗਣਾ ਮੇਰੇ ਮਾਲਕ, ਸ਼ਕਤੀ ਤੁਹਾਡੀ ਹੋਵੇਗੀ। ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਨ ਹਰੋ ਜਾਣੇ, ਇਹ ਤੇ ਆਪਦੀ ਬਖਸ਼ਿਸ਼ ਹੈ। ਮੈਂ ਹੁਕਮ ਮੰਗਣ ਲਈ ਤਿਆਰ ਹਾਂ, ਲੇਕਿਨ ਸ਼ਕਤੀ ਪ੍ਰਭੂ ਤੁਹਾਡੀ ਹੋਵੇਗੀ। ਕਲਗੀਧਰ ਨੇ ਬਚਿੱਤਰ ਸਿੰਘ ਨੂੰ ਛਾਤੀ ਨਾਲ ਲਾ ਲਿਆ, ਕੁੱਟ ਕੇ ਛਾਤੀ ਨਾਲ ਲੱਗਾ। ਜਦੋਂ ਬਚਿੱਤਰ ਸਿੰਘ, ਮਾਨੋ ਗੁਰੂ ਗੋਬਿੰਦ ਸਿੰਘ ਨੇ ਇਹਦੇ ਅੰਦਰ ਇੱਕ ਹਨੂੰਮਾਨ ਦੀ ਤਾਕਤ ਫੂਕ ਦਿੱਤੀ, ਇਹਦੇ ਨੂੰਹ ਕੰਡੇ ਹੋ ਗਏ, ਇਹਦੇ ਨੇਤਰਾਂ ਚੋਂ ਅੱਗ ਵਰਨ ਲੱਗੀ, ਮੱਥੇ ਤੇ ਤੀੜੀਆਂ ਪੈ ਗਈਆਂ, ਭੁਜਾਂ ਫਰਕ ਪਈਆਂ ਸਿੰਘ ਦੀਆਂ। ਕਿਹਾ ਪ੍ਰਭੂ ਆਗਿਆ ਦਿਓ, ਮੈਂ ਇਸ ਵੇਲੇ ਹਨੂੰਮਾਨ ਬਣ ਕੇ ਸਾਰੀ ਦੁਸ਼ਮਣ ਦੀ ਸੈਨਾ ਫੂਕ ਸਕਦਾ। ਮੈਂ ਹਾਥੀ ਕੀ 12-12 ਹਾਥੀ ਦੇ ਤਾਕਤ ਦੀ ਹਸਤੀ ਤੁਹਾਡੀ ਕਿਰਪਾ ਨਾਲ ਮੈਂ ਪਵਾ ਕੇ ਆਕਾਸ਼ ਚੜਾ ਸਕਦਾ, ਮੈਨੂੰ ਆਗਿਆ ਦੇ ਪ੍ਰਭੂ। ਛਾਤੀ ਨਾਲ ਲਾ ਕੇ ਸ਼ਕਤੀ ਸਾਰੀ ਅੰਦਰ ਭਰ ਦਿੱਤੀ ਗੁਰੂ ਗੋਬਿੰਦ ਸਿੰਘ ਨੇ। ਅਖੇ ਖਾਲਸਾ ਜੀ, ਦੇਰ ਨਹੀਂ ਕਰੋ, ਹੁਕਮ ਕਰੋ ਪ੍ਰਭੂ, ਲਿਆ ਘੋੜਾ। ਘੋੜਾ ਆ ਗਿਆ, ਕਾਠੀ ਪਾਈ, ਤੰਗ ਕਸ ਦਿੱਤਾ ਗਿਆ, ਲਿਆ ਨਾਗਣੀ। ਨਾਗਣੀ ਆ ਗਈ, ਤੁਸੀਂ ਕੇਸਗੜ੍ਹ ਸਾਹਿਬ ਜਾਂਦੇ ਹੋ ਹੋਲੇ ਮਹੱਲੇ ਨੂੰ, ਉਹ ਨਾਗਣੀ ਬਚਿੱਤਰ ਸਿੰਘ ਦੀ ਅਜੇ ਤੱਕ ਪਈ ਆ, ਜਿਹੜੀ ਅੰਦਰ ਕੇਸਗੜ੍ਹ ਸਾਹਿਬ ਦੇ ਪਈ ਆ, ਉਹਦੇ ਦਰਸ਼ਨ ਤੁਸੀਂ ਕਰਦੇ ਹੋ ਜਾ ਕੇ, ਉਹ ਹੀ ਨਾਗਣੀ ਹੈ। ਨਾਗਣੀ ਆ ਗਈ, ਖਾਲਸਾ ਜੀ ਤਿਆਰ ਹੋ ਜਾ, ਬਾਕੀ ਦੇ ਸਿੰਘ ਵੀ ਸਾਰੇ ਸਭ ਤਿਆਰ ਹੋ ਗਏ। ਸ਼ਸਤਰਧਾਰੀ ਸਿੰਘ ਘੋੜੇ ਕੱਢੇ, ਤਿਆਰ ਹੋ ਗਏ ਪਲਾਖੀਆਂ ਮਾਰ ਕੇ ਨਿਕਲ ਜਾਵਾ। ਬਚਿੱਤਰ ਸਿੰਘ ਨੇ ਤੁਰਨ ਲੱਗੇ ਨੇ, ਇੱਕ ਵਾਰੀ ਕਲਗੀਧਰ ਦੇ ਚਰਨਾਂ ਤੇ ਫਿਰ ਨਜ਼ਰ ਸੁੱਟੀ, ਹਜ਼ੂਰ ਨੇ ਨਜ਼ਰ ਮਿਲਾ ਕੇ ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ, ਆਖਿਆ ਜਾਓ ਬੇਟਾ ਬਚਿੱਤਰ ਸਿੰਘ, ਗੁਰੂ ਨਾਨਕ ਤੁਹਾਨੂੰ ਵਿਜਿਆ ਜਾਏਗਾ ਮੈਦਾਨ ਵਿੱਚ, ਚਲੇ ਜਾਓ। ਬਚਿੱਤਰ ਸਿੰਘ ਨੇ ਘੋੜੇ ਦੀ ਵਾਹ ਖਿੱਚੀ, ਘੋੜਾ ਨਾਚ ਕਰਦਾ ਕਿਲੇ ਦੇ ਦਰਵਾਜ਼ੇ ਤੋਂ ਬਾਹਰ ਆਇਆ, ਇਹ ਦੇਖਿਆ ਕਾਫੀ ਵਿੱਚ ਹਾਥੀ ਆ ਰਹੇ ਹੈ, ਹਾਥੀ ਦੀ ਸ਼ਕਲ ਵੇਖੀ,
ਕਹਿੰਦੇ ਫਲਾਦੀ ਟਵੀਆਂ ਬਣੀਆਂ ਤੇ ਇਹਦੀ ਸੁਣ ਵਿੱਚ ਤਲਵਾਰ ਫੜਾਈਏ। ਉੱਤੇ ਉਸ ਨੂੰ ਹਥਵਾਨ ਦਾ ਕੰਮ ਕੇਸਰੀ ਸਿੰਘ ਕਰ ਰਿਹਾ। ਪਿੱਛੇ ਸਾਰੇ ਰਾਜੇ ਮਹਾਰਾਜੇ ਤੇ ਸੈਨਾ ਚੜੀ ਆ ਰਹੀ ਹੈ, ਤੂਫਾਨ ਮਚਿਆ ਪਿਆ। ਬਚਿੱਤਰ ਸਿੰਘ ਨੇ ਖਿੱਚੀ ਘੋੜੇ ਦੀ ਵਾਰ, ਘੋੜਾ ਉੱਡਿਆ ਸਰ ਬਜ ਗਿਆ ਹਾਥੀ ਦੇ ਕੋਲ। ਇਹਨ ਕੀਤੀ ਇੱਕ ਵਾਰੀ ਪਰਖੰਭਿਆ, ਹਾਥੀ ਦੇ ਇਰਦ ਗਿਰਦ ਘੁੰਮਿਆ, ਘੁੰਮ ਕੇ ਸਿੱਖ ਨੇ ਕੀਤੀ ਇਹਨੂੰ ਵੰਗਾਰ। ਇਹਨੇ ਕਿਹਾ, ਆਪ ਕੇਸਰੀ ਸਿੰਘ ਮੈਦਾਨ ਦੇ ਜੰਗ ਵਿੱਚ ਦੋਨਾਂ ਨੇ ਜਿੱਠ ਲਈਏ। ਲਓ ਜੀ ਇੱਧਰ ਰਾਜਪੂਤ ਬੱਚਾ ਖੜਾ, ਇੱਧਰ ਬਚਿੱਤਰ ਸਿੰਘ ਖੜਾ, ਹੱਥ ਵਿੱਚ ਨਾਲ ਨਹੀਂ ਲੈ ਕੇ ਤੋ ਕਰਕੇ ਵਾਰ। ਗੁਰੂ ਕਾ ਸਿੰਘ ਮੈਦਾਨ ਵਿੱਚ ਇੱਕ ਫਤਿਹ ਹਾਸਲ ਕਰਨੀ ਚਾਹੁੰਦਾ, ਬੜਾ ਵੀ ਹੈ ਕੈਸਾ ਕਰਕੇ ਕਰਨਾ ਚਾਹੁੰਦਾ।
ਘੋੜਾ ਛੇੜਿਆ ਆਖਿਆ ਕੇਸੀ ਸਿੰਘਾਂ ਆਦਰ ਆਪਾਂ ਨਜਿੱਠ ਲਈਏ ਕਿਉਂ ਬਗਾਨੇ ਪੁੱਤ ਮਰਵਾਉਂਦੇ ਹੋ ਇਹਨੇ ਕਿਹਾ ਨਿੱਕੇ ਜੇ ਕਾਦਾ ਸਿੱਖ ਹੈ ਮਦਰਾ ਜੇ ਤੇ ਮੈਨੂੰ ਏਡੇ ਵੱਡੇ ਜਿੱਤੇ ਹੋਏ ਜਰਨੈਲ ਨੂੰ ਏਡੇ ਵੱਡੇ ਯੋਧੇ ਰਾਜਪੂਤ ਨੂੰ ਇਹ ਤਾਨਾ ਦਿੰਦਾ ਇਹਨੇ ਹਾਥੀ ਨੂੰ ਵੰਗਾ ਰਿਹਾ ਹਾਥੀ ਨੇ ਉਹ ਹੀ ਸੁੰਡ ਜਿਹਦੇ ਵਿੱਚ ਤਲਵਾਰ ਪਕੜੀ ਹੋਈ ਸੀ ਏਡੇ ਜ਼ੋਰ ਦੀ ਮਾਰੀ ਇਹਦੇ ਬਚਿੱਤਰ ਸਿੰਘ ਵੱਲ ਨੂੰ ਇਹਨੇ ਢਾਲ ਅੱਗੇ ਕਰ ਲਈ ਢਾਲ ਅੱਗੇ ਕੀਤੀ ਢਾਲ ਦੇ ਕਬਜ਼ਿਆਂ ਤੇ ਬੱਜੀ ਤਲਵਾਰ ਚੰਗਿਆੜੇ ਨਿਕਲ ਗਿਆ ਵਿੱਚੀ ਅੱਗ ਨਿਕਲ ਆਈ ਵਾਰ ਰੋਕ ਲਿਆ ਇਹਨੇ ਆਖਿਆ ਕੇਸਰੀ ਸਿੰਘ ਦੂਜਾ ਵਾਰ ਵੀ ਕਰ ਲੈ ਮਤਾ ਤੇਰੇ ਮਨ ਵਿੱਚ ਕੋਈ ਅਰਮਾਨ ਨਾ ਰਹਿ ਜਾਏ ਇਹਨੇ ਹਾਥੀ ਤੋਂ ਦੂਜਾ ਵਾਰ ਕਰਵਾਇਆ ਸਰਦਾਰ ਦਾ ਘੋੜਾ ਬੜਾ ਸਿਆਣਾ ਸੀ ਇਹਨੇ ਵਾਰ ਖਿੱਚੀ ਘੋੜੇ ਨੇ ਛਾਲ ਮਾਰੀ ਦਸ ਗਜ਼ ਦੇ ਫਾਸਲੇ ਤੇ ਚਲੇ ਗਿਆ ਵਾਰ ਖਾਲੀ ਚਲੇ ਗਿਆ ਵੀ ਇਹਨੇ ਕਿਹਾ ਕੇਸਰੀ ਸਿੰਘ ਤੀਜਾ ਵਾਰ ਹੋਰ ਕਰ ਲੈ ਮੇਰਾ ਵਾਰ ਨੀ ਜਾ ਖਾਲੀ ਜਾਣਾ ਮਤਾ ਤੇਰੀਆਂ ਸਦਰਾਂ ਕੁਆਰੀਆਂ ਨਾ ਰਹਿ ਜਾਣ ਤੇਰੇ ਅਰਮਾਨ ਅਧੂਰੇ ਨਾ ਰਹਿ ਜਾਣ ਇਹਨੇ ਤੀਜੀ ਵਾਰੀ ਵਾਰ ਕਰਵਾਇਆ ਸਰਦਾਰ ਨੇ ਦੇ ਕੇ ਨਾਗਣੀ ਦੀ ਤਰ ਇਹਦਾ ਤੀਜੀ ਵਾਰੀ ਵੀ ਹਾਥੀ ਦਾ ਵਾਰ ਰੋਕ ਲਿਆ ਇਹਨੇ ਕਿਹਾ ਲੈ ਰਾਜਪੂਤ ਬੱਚੇ ਆਇਆ ਵਾਰ ਸਿੱਖਦਾ ਜ਼ਰਾ ਹੋ ਜਾ ਤਿਆਰ ਇਹਨੇ ਘੋੜੇ ਦੀ ਖਿੱਚੀ ਵਾਰ ਘੋੜਾ ਘੁੰਮਿਆ ਉੱਪਰ ਦੀ ਇੱਕ ਵਾਰੀ ਵਾਰ ਕੇ ਤੇ ਪੱਬਾ ਭਰਨੇ ਖਲੋ ਗਿਆ ਸਿੰਘ ਨੇ ਛੱਡਿਆ ਜੈਕਾਰਾ ਮਾਰੀ ਸਤ ਕਰਤਾਰ ਕਹਿ ਕੇ ਨਾਗਣੀ ਸੱਤੇ ਤਵੀਆਂ ਪੁਰਚ ਕੇ ਲੋਹੇ ਦੀਆਂ 3 ਇੰਚੀ ਹਾਥੀ ਦੇ ਤਾਲੂਏ ਵਿੱਚ ਜਾ ਤੁਸੀ ਇਹਨੇ ਦਿੱਤੀ ਰਕਾਬ ਵਿੱਚ ਪੈਰਾਂ ਦੀ ਤਰ ਖਿੱਚੀ ਨਾਗਣੀ ਜਿਵੇਂ ਛੈਣੇ ਛਣਕ ਜਾਂਦੇ ਨੇ ਤਵੀਆਂ ਏਦਾਂ ਛਣ ਗਈਆਂ ਹਾਥੀ ਨੇ ਹੁਕਮ ਬਦਲ ਲਿਆ ਸ਼ਰਾਬੀ ਮਸਤ ਹਾਥੀ ਆਪਣੀ ਸੈਨਾ ਨੂੰ ਕਢਾ ਵੜ ਕਰਦਾ ਜਾ ਰਿਹਾ ਮਗਰ ਸਿੰਘਾਂ ਨੇ ਛੱਡੇ ਜੈਕਾਰੇ ਕਿਰਪਾਨ ਬੋਲੀ ਸ਼ੁਰੂ ਕੀਤੀ ਤੇਗ ਤੀਰਾਂ ਦੀ ਵਰਖਾ ਗੋਲੀਆਂ ਦੀ ਬੁਛਾਰ ਆਲੇ ਭੱਜੇ ਰਾਜਪੂਤ ਤੇ ਮਗਰ ਇਹਦਾ ਭਰਾ ਘੋੜੇ ਤੇ ਜਾ ਰਿਹਾ ਸੀ ਊਦੇ ਸਿੰਘ ਬਚਿੱਤਰ ਸਿੰਘ ਦਾ ਇਹਨੇ ਕਿਹਾ ਕੇਸਰੀ ਸਿੰਘਾ ਜੇ ਤੂੰ ਵੀ ਮੈਦਾਨ ਵਿੱਚੋਂ ਜਿਉਂਦਾ ਨਿਕਲ ਗਿਆ ਅੱਜ ਫਿਰ ਲਾਂਤ ਹੈ ਸਾਡੇ ਸਿੰਘ ਦਾ ਘੋੜਾ ਭੱਜਾ ਜਾ ਰਿਹਾ ਸੀ ਊਦੇ ਸਿੰਘ ਦਾ ਤੇ ਘੋੜੇ ਪਰ ਸੀਖ ਭਰਨੇ ਖੜਾ ਹੋ ਗਿਆ ਸਿੱਧਾ ਹੀ ਔਰ ਬਰਾਬਰ ਜਾ ਕੇ ਹਾਥੀ ਦੇ ਇਹਨ ਛਿਣਕੀ ਚੰਡੀ ਜਰਾ ਤੇਗ ਤੇ ਕੇਸਰੀ ਸਿੰਘ ਦਾ ਹਾਥੀ ਤੋਂ ਸਿਰ ਐ ਲਾ ਲਿਆ ਜੂ ਕੱਦੂ ਲਾ ਲਈਦਾ ਵੇਲ ਨਾਲੋਂ ਤੇ ਅੱਗੇ ਵਧਿਆ ਬਚਿੱਤਰ ਸਿੰਘ ਇਹਨੇ ਮਾਰੀ ਤੇਗ ਹਾਥੀ ਦੀ ਸੁੰਡ ਮੂੰਹ ਦੇ ਕੋਲੋਂ ਵੱਢ ਕੇ ਥੱਲੇ ਪਵਾ ਕੇ ਮਾਰੀ ਮਗਰ ਸਿੰਘਾਂ ਨੇ ਗੋਲੀਆਂ ਦੀ ਵਿਛਾੜ ਔਰ ਤੀਰਾਂ ਦਾ ਮੀਂਹ ਇਹ ਭੱਜੇ ਹਜ਼ਾਰਾਂ ਹੀ ਰਾਜਪੂਤ ਬੱਚੇ ਇਸ ਮੈਦਾਨ ਵਿੱਚ ਕੰਮ ਆਏ ਤੋ ਸਿੰਘਾਂ ਦੇ ਹੱਥ ਵਿੱਚ ਮੈਦਾਨ ਆਇਆ ਇੱਕ ਇਹਨਾਂ ਦਾ ਜਰਨੈਲ ਜਮਤੁੱਲਾ ਸੀ ਇਹਦਾ ਨਾਂ ਇਹਦਾ ਸਿਰ ਵੀ ਲਾਇਆ ਬੜਾ ਹਿੰਕੜਬਾਜ਼ ਸੀ ਰਾਜਪੂਤ ਦੋਨਾਂ ਦੇ ਸਿਰ ਗੁਰੂ ਕੇ ਸਿੰਘਾਂ ਨੇ ਬਰਸ਼ੇ ਵਿੱਚ ਪਰੁੱਚ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਦਮਾਂ 'ਚ ਧਰ ਦਿੱਤੇ ਜਾ ਕੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਛਾਤੀ ਨਾਲ ਲਾ ਕੇ ਵਰ ਦਿੱਤਾ ਇਹ ਕੀ ਸ਼ਕਤੀ ਹੈ ਇਹ ਗੱਲ ਕੀ ਹੈ ਕੀ ਕਰਾਮਾਤ ਹੈ ਇਹ ਕਰਾਮਾਤ ਹੈ ਹਜ਼ੂਰ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੀ